ਗੁਰੂ ਨਗਰੀ ਅੰਮ੍ਰਿਤਸਰ ਦੇ ਏਅਰਪੋਰਟ ਤੋਂ ਇੱਕ ਵੱਡੀ ਉਡਾਨ ਮਿਲ ਗਈ ਹੈ ਜਿਸ ਦੇ ਚੱਲਦੇ ਅੰਮ੍ਰਿਤਸਰ ਤੋਂ ਇੰਗਲੈਂਡ ਦੇ ਬਰਮਿੰਗਮ ਸਿੱਧੇ ਲੋਕ ਸਫ਼ਰ ਕਰ ਸਕਣਗੇ। ਇਸ ਉਡਾਨ ਨੂੰ ਭਾਜਪਾ ਦੇ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਅੰਮ੍ਰਿਤਸਰ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਵਿੱਚ ਇਸ ਉਡਾਨ ਤੋਂ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ ਅਤੇ ਕਾਂਗਰਸ ਇਸ ਨੂੰ ਆਪਣਾ ਸਫਲਤਾ ਦੱਸ ਰਹੀ ਹੈ ਅਤੇ ਭਾਜਪਾ ਇਸ ਨੂੰ ਆਪਣੀ। ਔਰ ਇਹੀ ਸਾਨੂੰ ਪੰਜਾਬ ਨੂੰ ਲੋੜ ਸੀ ਕਿਉਂਕਿ ਪਿਛਲੇ 10 ਸਾਲ 'ਚ ਜਿਹੜਾ ਨਾ ਪੱਖੀ ਰਵੱਈਆ ਸੀ ਸਟੇਟ ਦਾ ਉਹਦੇ ਕਰਕੇ ਸਾਰੇ ਕੰਮ ਬੰਦ ਪਏ ਸੀ। ਔਰ ਮੈਂ ਸੈਂਟਰ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ, ਸਿਵਲ ਐਵੀਏਸ਼ਨ ਮਿਨਿਸਟਰ ਸਾਹਿਬਾਨ ਦਾ, ਸਾਂਪਲਾ ਜੀ ਦਾ, ਸਾਡੇ ਰਾਜ ਸਭਾ ਮੈਂਬਰ ਸਾਹਿਬ ਦਾ ਵੀ, ਕਿਉਂਕਿ ਨਾਲ ਜਿਹੜੇ ਪ੍ਰੀਤ ਗਿੱਲ ਜੀ ਨੇ ਜਿਹੜੇ ਉੱਥੋਂ ਮੈਂਬਰ ਨੇ UK ਤੋਂ, ਔਰ ਤਨਮਨ ਢੇਸੀ ਜੀ, ਇਹ ਜੁਆਇੰਟ ਐਫਰਟ ਸੀ ਔਰ ਸੋਹਣੀ ਕੋਸ਼ਿਸ਼ ਸਾਰਿਆਂ ਨੇ ਕੀਤੀ ਆ। ਔਰ ਤੁਹਾਡਾ ਪ੍ਰੈਸ ਦਾ ਵੀ ਬਹੁਤ ਧੰਨਵਾਦ, ਤੁਸੀਂ ਸਮੇਂ ਸਮੇਂ ਦੇ ਇਹਨਾਂ ਮੰਗਾਂ ਨੂੰ ਚੁੱਕਦੇ ਰਹੇ, ਸਾਡੀਆਂ ਜ਼ਰੂਰਤਾਂ ਨੂੰ ਸਮਝਦੇ ਹੋਏ। ਔਰ ਮੈਂ ਪੰਜਾਬੀਆਂ ਨੂੰ ਵਧਾਈ ਦੇਣਾ ਚਾਹੁੰਦਾ ਇਹ ਸ਼ੁਭ ਦਿਨ ਦੀ, ਕਿਉਂਕਿ ਬਰਮਿੰਗਮ ਦੀ ਫਲਾਈਟ ਬੜੇ ਚਿਰ ਦਾ ਸਾਡੇ ਨਾਲ ਧੱਕਾ ਕੀਤਾ ਗਿਆ ਸੀ, ਵਾਇਆ ਦਿੱਲੀ ਚੱਲਦੇ ਸਾਂ, ਪਰ ਉਹ ਅੱਜ ਤੁਸੀਂ ਇਸ ਕਾਬਲ ਸਾਨੂੰ ਬਣਾਇਆ ਕਿ ਅਸੀਂ ਆਵਾਜ਼ ਉਠਾਈ ਔਰ ਉਹ ਆਵਾਜ਼ ਸਰਕਾਰ ਨੂੰ ਸੁਣਨੀ ਪਈ। ਔਰ ਅੱਜ 2 ਦਿਨ ਲਈ ਸ਼ੁਰੂ ਕੀਤੀ ਔਰ ਮੈਂ ਆਸ ਕਰਦਾ ਕਿ ਇੰਨੇ ਕੁ ਲੋਕ ਆਉਣਗੇ ਕਿ ਫਲਾਈਟ ਡੇਲੀ ਅੰਮ੍ਰਿਤਸਰ ਤੋਂ ਇੱਥੋਂ ਜਾਏਗੀ। ਇਹਦੇ ਲਈ ਅਸੀਂ ਨਰਿੰਦਰ ਮੋਦੀ ਜੀ ਦਾ ਇੱਕ ਜਿਹੜਾ ਵਿਜ਼ਨ ਹੈ ਕਿ ਪੂਰੇ ਦੇਸ਼ ਨੂੰ ਜਿੱਥੇ ਏਅਰਪੋਰਟ ਨਹੀਂ ਉੱਥੇ ਏਅਰਪੋਰਟ ਬਣਾਉਣੇ, ਜਿੱਥੇ ਏਅਰਪੋਰਟ ਬਣ ਗਿਆ ਉਹਨਾਂ ਨੂੰ ਇੰਟਰਨੈਸ਼ਨਲ ਫਲਾਈਟਾਂ ਦੇ ਨਾਲ ਜੋੜਨਾ, ਉਹ ਇੱਕ ਵਿਜ਼ਨ ਜਿਹੜਾ ਉਹਨੂੰ ਅੱਜ ਪੂਰਾ ਜਿਹੜਾ ਇੱਕ ਹੋਰ ਸਟੈਪ ਅਸੀਂ ਅੱਗੇ ਵਧੇ ਹਾਂ। ਔਰ ਆਸ਼ਾ ਹੈ ਕਿ ਇਹ ਅੱਜ ਭਾਵੇਂ ਹਫ਼ਤੇ 'ਚ 2 ਦਿਨ ਸ਼ੁਰੂ ਹੋਏਗੀ, ਅਗਰ ਇਸ ਨੂੰ ਅੱਛੀ ਪੈਸੰਜਰ ਮਿਲਣਗੇ ਤਾਂ ਇਹਨੂੰ ਜਲਦੀ ਅਸੀਂ ਡੇਲੀ ਵੀ ਕਰਾਂਗੇ। ਸਰਕਾਰ ਨੇ ਗੁਰੂ ਨਗਰੀ ਦੇ ਨਾਲ ਕਿ ਇੱਥੋਂ ਦੀਆਂ ਸ਼ਾਨਦਾਰ ਸਕਸੈਸਫੁਲ ਫਲਾਈਟਾਂ ਨੂੰ ਬੰਦ ਕਰਕੇ ਡਿਵਰਟ ਕਰ ਦਿੱਤਾ ਗਿਆ ਔਰ ਉਹ ਬੰਦ ਕਰ ਦਿੱਤੀਆਂ ਗਈਆਂ। ਅੰਮ੍ਰਿਤਸਰ ਬਰਮਿੰਗਮ ਫਲਾਈਟ ਵੀ ਬੰਦ ਕਰਤੀ, ਘਾਟਾ ਪਿਆ, ਏਅਰਪੋਰਟ ਖਤਮ ਹੋਣ ਦੇ ਕਗਾਰ ਤੇ ਆ ਗਈ। ਜਦੋਂ ਮੈਂ MP ਬਣਿਆ ਮੈਂ ਉਸ ਵੇਲੇ ਵਾਅਦਾ ਕੀਤਾ ਸੀਗਾ ਕਿ ਏਅਰਪੋਰਟ ਨੂੰ ਬਚਾਵਾਂਗਾ, ਸੋ ਮੈਂ ਕਈ ਵਾਰੀ ਮੰਤਰੀਆਂ ਨੂੰ ਮਿਲਿਆ ਜਿਹਦੇ ਵਿੱਚ ਕਿ ਮੈਂ ਧੰਨਵਾਦੀ ਹਾਂ ਮੋਦੀ ਸਾਹਿਬ ਦਾ, ਜੇਤਲੀ ਸਾਹਿਬ ਦਾ, ਗਜਾਪਤੀ ਰਾਜੂ ਜੀ ਦਾ, ਜੰਤ ਸਿਨਹਾ ਜੀ ਦਾ, ਸਾਂਪਲਾ ਜੀ ਦਾ ਕਿ ਅੱਜ ਇਹ ਫਲਾਈਟ ਅਸੀਂ ਸ਼ੁਰੂ ਕਰਵਾ ਪਾਏ ਆ। ਅੰਮ੍ਰਿਤਸਰ ਤੋਂ ਗਜਿੰਦਰ ਸਿੰਘ ਕਿੰਗ ਦੀ ਰਿਪੋਰਟ, ਚੈਨਲ 2।